ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਦਾ ਨੰਬਰਦਾਰ ਸੁਦਾਗਰ ਸਿੰਘ, ਪਿਤਾ ਦਾ ਨਾਮ ਭਜਨ ਸਿੰਘ, ਪਿੰਡ ਵਾਟਾਂਵਾਲੀ ਕਲਾਂ। ਮੈਨੂੰ 2008 ਤੋਂ ਮੈਂ ਨੰਬਰਦਾਰੀ ਕਰ ਰਿਹਾ ਹਾਂ। ਬਾਕੀ ਸਾਨੂੰ ਕੋਈ ਸਰਕਾਰ ਵੱਲੋਂ ਐਡੀ ਕੋਈ ਸਹੂਲਤ ਨਹੀਂ ਮਿਲ ਰਹੀ ਜੀ, ਕਿਸੇ ਕਿਸਮ ਦੀ ਵੀ। ਜੇ ਸਾਨੂੰ ਮਾਣ ਭੱਤਾ ਮਿਲਦਾ, ਉਹ ਵੀ ਕਿਤੇ ਸਾਲ ਦੋ ਸਾਲ ਹੀ ਬਾਅਦ ਹੀ ਮਿਲਦਾ ਜੀ। ਬਾਕੀ ਜੋ ਮੈਂ ਆਪਦਾ ਚੌਂਕੀਦਾਰਾ ਇਕੱਠਾ ਕਰਕੇ ਜਿੰਨਾ ਬਣਦਾ ਉਹ ਮੈਂ ਜਮ੍ਹਾਂ ਕਰਾਉਂਦਾ ਪਟਿਆਲਾ ਬੈਂਕ ਜੀ। ਹੋਰ ਸਾਨੂੰ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਜੀ। ਸਾਡੀ ਮੰਗ 5,000 ਤੱਕ ਕੀਤੀ ਹੋਈ ਨੰਬਰਦਾਰਾਂ ਯੂਨੀਅਨ ਕਪੂਰਥਲੇ, ਕਈ ਵਾਰ ਧਰਨੇ ਵੀ ਦਿੱਤੇ ਆ ਜੋ ਕਈ ਚਿਰ ਪਹਿਲਾਂ, ਬਹੁਤ ਚਿਰ, ਅਤੇ ਕੋਈ ਸਾਡੀ ਨਹੀਂ ਅਜੇ ਤੱਕ ਸੁਣਵਾਈ ਹੋਈ ਜੀ, ਕੋਈ ਵੀ ਕਿਸੇ ਕਿਸਮ ਦੀ ਨਹੀਂ ਹੋਈ ਜੀ। ਅਤੇ ਵੱਧ ਤੋਂ ਵੱਧ ਮਾਨਸਿਕਾਰ ਹੋਣਾ ਚਾਹੀਦਾ ਜਿੰਨਾ ਅਸੀਂ ਕਾਰੋਬਾਰ ਕਰਕੇ ਜਾਂਦੇ ਹਾਂ। ਕਈ ਵਾਰ ਦੋ ਦੋ ਦਿਨ ਹੀ ਇੱਕ ਬੰਦੇ ਦੀ ਜੇਟੀ ਹੁੰਦੀ ਜਾਣਾ ਪੈਂਦਾ, ਜਾਈਦਾ ਵੀ ਜ਼ਰੂਰ ਆ ਜੀ। ਆਪਦਾ ਕੰਮ ਛੱਡ ਕੇ ਕੋਈ ਕਿਸੇ ਨੂੰ ਕਹਿਣਾ ਨਹੀਂ ਸਾਨੂੰ ਖਰਚਾ ਦਿਓ, ਕੋਈ ਗੱਲਬਾਤ ਨਹੀਂ ਜੀ। ਆਪਦੇ ਪੱਲਿਓਂ ਪੈਸੇ ਖਰਚ ਕੇ ਜਾਈਦਾ ਜੀ। ਕੋਈ ਗਰੀਬ ਦਾ ਕੰਮ ਹੋਵੇ, ਸਰਟੀਫਿਕੇਟ ਬਣਦੇ ਵੇਖ, ਕੋਈ ਅਸੀਂ ਆਪ ਕੋਲੋਂ ਜਾਂਦੇ ਜੀ, ਕੋਈ ਕਿਸੇ ਕੋਲ ਪੰਜੀ ਨਹੀਂ ਲਈਦੀ। ਨੰਬਰਦਾਰ ਇਹੋ ਜਿਹਾ ਇਮਾਨਦਾਰ ਹੋਣਾ ਚਾਹੀਦਾ ਜੀ। ਕੋਈ ਕਿਸੇ ਦੀ ਜਿਹੜੀ ਗਲਤ ਨਹੀਂ ਹੋਣੀ ਚਾਹੀਦੀ, ਕੋਈ ਕਿਸੇ ਦਾ ਤਸਵੀਰ ਰੁਪਿਆ ਬਿਆਨ, ਕੋਈ ਸਰਟੀਫਿਕੇਟ ਬੈਕਵਰਡ ਸਰਟੀਫਿਕੇਟ ਦਾ ਵੀ, ਕੋਈ ਵੀ ਗਲਤ ਕੰਮ ਨਹੀਂ ਹੋਣਾ ਚਾਹੀਦਾ ਜੀ। ਪਾਰਟੀ ਪਿੰਡ ਦੇ ਨਾਲ ਕੋਈ ਨਹੀਂ ਸਾਡਾ ਤਲੁਕਾਤ, ਹਰੇਕ ਬੰਦੇ ਦਾ, ਤਗੜਾ ਹੋਵੇ ਗਰੀਬ ਹੋਵੇ, ਹਰੇਕ ਦਾ ਕੰਮ ਕਰੀਦਾ ਜੀ। ਕੋਈ ਸਾਡਾ ਤਲਕਾਰ ਨਹੀਂ ਵੀ ਆਹ ਬੰਦਾ ਇਸ ਪਾਰਟੀ ਦਾ ਸੰਪਰਕ ਆ, ਕੋਈ ਇਸ ਪਾਰਟੀ ਦਾ ਸੰਪਰਕ ਆ। ਅਤੇ ਜੋ ਮੋਦੀ ਸਰਕਾਰ ਦਾ ਰਾਜ ਚੱਲ ਰਿਹਾ, ਸਾਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਤੰਗੀ ਆ ਜੀ। ਇਸ ਵੇਲੇ ਦੇਖੋ ਯੂਰੀਆ ਬਾਰੇ ਲੋਕ ਕਿੱਥੇ ਜਾ ਕੇ, ਹਰਿਆਣੇ 'ਚੋਂ ਜਾ ਕੇ ਲਿਆ ਰਹੇ ਆ, 60-70 ਰੁਪਏ ਬੋਰਾ ਵੱਧ ਪੈ ਰਿਹਾ। ਕਿਸੇ ਕੋਈ ਸਬਜ਼ੀ ਪਾਉਣ ਵਾਸਤੇ ਇੱਕ ਮੁੱਠ ਖਾਦ ਹੈ ਨਹੀਂ ਜੀ, ਸੈੜੀਆਂ ਦੇ ਵਿੱਚ ਵੀ ਨਹੀਂ ਆ ਸਕੀ ਜੋ ਰੇਲ ਗੱਡੀਆਂ ਬੰਦ ਹੋਣ ਕਾਰਨ। ਇਸ ਕਰਕੇ ਸਾਨੂੰ ਸਹੂਲਤ ਦੇਣੀ ਚਾਹੀਦੀ ਸਰਕਾਰਾਂ ਨੂੰ। ਕੋਈ ਵੀ ਇਮਾਨਦਾਰੀ ਨਹੀਂ ਰਹਿ ਗਈ ਮੋਦੀ ਸਰਕਾਰ ਕੋਲੋਂ ਸਾਡੇ ਪਿੰਡਾਂ ਵਾਸਤੇ। ਜਿਮੀਦਾਰਾ ਧੰਦਾ ਬਿਲਕੁਲ ਫੇਲ ਹੋ ਚੁੱਕਾ ਜੀ। ਇਹਨਾਂ ਨੇ ਬਿੱਲ ਪਾਸ ਕੀਤੇ ਆ, ਬਿਲਕੁਲ ਗਲਤ ਕੀਤੇ, ਇਹਨਾਂ ਨੂੰ ਵਾਪਸ ਕੀਤਾ ਜਾਵੇ। ਜੋ ਮਜ਼ਦੂਰ ਕਿਸਾਨ ਦਿਹਾੜੀਦਾਰ ਬੰਦਾ ਵਾ, 70% ਦੇ ਬੰਦੇ ਇਸ ਚੀਜ਼ ਦੇ ਨਾਲ ਜੁੜੇ ਹੋਏ ਆ, ਜਿਹੜੇ ਇਸ ਵਾਸਤੇ ਤੰਗੀ 'ਚ ਆ ਗਏ ਇਹ ਬਿੱਲ ਕਾਨੂੰਨ ਪਾਸ ਕਰਨ ਨਾਲ ਜੀ। ਨੋਟਬੰਦੀ ਵੀ ਹੋਈ ਆ, ਉਹਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਆ, ਬਹੁਤ ਜ਼ਿਆਦਾ। ਕੋਈ ਵੀ ਕਾਰੋਬਾਰ ਉਦੋਂ ਨਹੀਂ ਕਿਸੇ ਦਾ ਚੱਲਿਆ, ਕਈ ਚੀਜ਼ਾਂ ਦੀ ਘਾਟ ਪਈ ਆ, ਪੈਸਾ ਨਾ ਮਿਲਣ ਕਾਰਨ ਸਾਡਾ ਆਪਦਾ ਜੇ ਬੰਦੇ ਦਾ ਪੈਸਾ ਵੀ ਬੰਦ ਪਿਆ ਸੀ, ਸਾਨੂੰ ਮਿਲਿਆ ਨਹੀਂ ਬੈਂਕਾਂ 'ਚੋਂ, ਅੱਜ 2,000 ਲੈ ਜਾਓ, 1,000 ਲੈ ਜਾਓ, ਪਰੇਸ਼ਾਨੀ ਲੈਣਾ ਦੇ ਵਿੱਚ ਬਹਿ ਬਹਿ ਕੇ ਸਾਡਾ ਕੰਮ ਖਰਾਬ ਹੋਇਆ ਜੀ। ਉਦੋਂ ਜੰਮੂ ਧਾਰਾ 370 ਲੱਗੀ ਸੀ, ਉਹਦੇ ਵਿੱਚ ਵੀ ਜੋ ਭਾਈਚਾਰਾ ਮੁਸਲਮਾਨ ਆ ਉਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਆਈ ਇਸ ਸਰਕਾਰ ਦੇ ਲਾਉਣ ਦੇ ਨਾਲ। ਉਹ ਵੀ ਸਾਰਾ ਜੋ ਬਿਲਕੁਲ ਬਿੱਲ ਸਹੀ ਕੀਤਾ ਜਾਣਾ ਚਾਹੀਦਾ ਵਾ। ਜੋ ਅੱਜ ਕੱਲ੍ਹ ਦੇਖੋ ਆਲੂ 50 ਰੁਪਏ ਪਿਆਜ 80 ਰੁਪਏ ਵਿਕ ਚੁੱਕਾ ਵਾ, ਕਿਸਾਨਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ। ਗਰੀਬ ਬੰਦਾ ਇਹ ਇੰਨੀਆਂ ਮਹਿੰਗੀਆਂ ਚੀਜ਼ਾਂ ਕਿੱਥੋਂ ਲੈ ਕੇ ਛਕੇਗਾ? ਤੇਲ 72 ਰੁਪਏ, 74 ਰੁਪਏ ਡੀਜ਼ਲ ਚੱਲ ਰਿਹਾ, ਪੈਟਰੋਲ 80-84 ਰੁਪਏ ਆ। ਇਹਦੇ ਨਾਲ ਮਸ਼ੀਨਰੀ ਦਾ ਵੀ ਬਹੁਤ ਨੁਕਸਾਨ ਹੋ ਰਿਹਾ, ਸਾਰੀਆਂ ਚੀਜ਼ਾਂ ਦੇ ਨਾਲ ਧੱਕਾ ਹੈ। ਹਰ ਇੱਕ ਬੰਦਾ ਥੱਲੇ ਗਰੀਬੀ ਦੇ ਥੱਲੇ ਲੱਗਦਾ ਜਾ ਰਿਹਾ ਹੈ। ਇਹਦਾ ਕੋਈ ਕਾਰੋਬਾਰ ਮੋਦੀ ਸਾਹਿਬ ਜੀ ਸਹੀ ਕੀਤਾ ਜਾਵੇ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ, ਸਰਕਾਰ ਨੇ ਸਾਡੇ ਬਾਰੇ ਕੋਈ ਵੀ ਨਹੀਂ ਸੋਚਿਆ, ਕੋਈ ਇਹ ਸੋਚਿਆ ਜਾਂਦਾ ਅਤੇ ਸਾਰੇ ਹੀ ਤੁਹਾਡੀ ਬੱਲੇ ਬੱਲੇ ਕਰਦੇ। ਮੋਦੀ ਸਰਕਾਰ ਜੀ ਅਜੇ ਵੀ ਇਹ ਕਾਨੂੰਨ ਸਾਰੇ ਸਹੀ ਕੀਤੇ ਜਾਣ, ਹਰ ਇੱਕ ਬੰਦਾ ਖੁਸ਼ਹਾਲ ਹੋ ਸਕਦਾ ਜੀ। ਜੋ ਕਿਸਾਨ ਦਾ ਜ਼ਿਮੀਂਦਾਰ ਹੈ ਉਹ ਪੰਜਾਬ ਦਾ, ਸਾਰੇ ਇੰਡੀਆ ਦਾ ਅੰਨਦਾਤਾ ਹੈ, ਉਹਨਾਂ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ। ਉਹਨਾਂ ਦੀ ਇੰਨੀ ਮਾੜੀ ਹਾਲਤ ਹੋ ਰਹੀ ਆ ਕਿ ਕੋਈ ਵੀ ਚੀਜ਼ ਨਹੀਂ ਕਿਤੇ ਮਿਲ ਰਹੀ, ਹਰ ਇੱਕ ਚੀਜ਼ ਪਾਸੇ ਮਹਿੰਗਾਈ ਆ, ਖਾਦ ਨਹੀਂ ਮਿਲਦੀ, DAP ਨਹੀਂ ਮਿਲਦੀ, ਡੀਜ਼ਲ ਦੀ ਬੜੀ ਪਰੇਸ਼ਾਨੀ ਆ ਜੀ। ਸਰਕਾਰ ਜੀ ਤੁਹਾਡੇ ਤੋਂ ਆਉਣ ਤੋਂ ਪਹਿਲਾਂ ਭਾਈ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ, ਉਹਨਾਂ ਹਰ ਇੱਕ ਵਰਗ ਨਾਲ ਬਹੁਤ ਵਧੀਆ ਤਲੁਕਾਤ ਕੀਤਾ, ਚਾਹੇ ਕੋਈ ਗਰੀਬ ਹੋਵੇ ਮਾੜਾ ਹੋਵੇ, ਹਰ ਇੱਕ ਬੰਦੇ ਬਾਰੇ ਸੋਚਿਆ ਜੀ। ਕਿਸਾਨ ਯੂਨੀਅਨ ਸਾਰੇ ਬਾਰੇ ਵਾਸਤੇ ਬਹੁਤ ਬਹੁਤ ਕੰਮ ਉਹਨਾਂ ਵਧੀਆ ਕੀਤੇ ਜੀ। ਸਰਕਾਰ ਜੀ ਜੇ ਤੁਸੀਂ ਵੀ ਜ਼ਿਮੀਂਦਾਰ ਹੁੰਦੇ ਤਾਂ ਤੁਹਾਨੂੰ ਵੀ ਪਤਾ ਲੱਗਦਾ ਵੀ ਕਿੱਦਾਂ ਕਾਰੋਬਾਰ ਹੋ ਰਿਹਾ। ਜੋ ਜ਼ਿਮੀਂਦਾਰ ਇਸ ਵੇਲੇ ਥੱਲੇ ਲੱਗ ਰਹੇ ਆ, ਬਹੁਤ ਜ਼ਿਆਦਾ ਮਿਹਨਤ ਕਰਕੇ ਫਿਰ ਵੀ ਰੋਟੀ ਖਾਣ ਨੂੰ ਨਹੀਂ ਮਜ਼ਬੂਰ ਹੋ ਰਹੀ, ਇਹਦੇ ਬਾਰੇ ਜ਼ਰੂਰ ਜੋ ਬਿੱਲ ਤੁਸੀਂ ਗਲਤ ਕਾਨੂੰਨ ਪਾਸ ਕੀਤੇ ਆ ਇਹਨਾਂ ਨੂੰ ਵਾਪਸ ਕੀਤਾ ਜਾਵੇ।